ਉਹ ਜਾਈ ਵਸਣ, ਉਹ ਘਰ ਵਸਣ ਜਿੱਥਾਂ 5, 12, 14 ਦਾ ਜ਼ਿਕਰ ਹੁੰਦਾ। ਨੌਕਰੀ ਦਾ ਆਗਾਜ਼ ਇਹਨਾਂ ਲਫ਼ਜ਼ਾਂ ਦੇ ਨਾਲ ਕਰਨਾ ਚਾਹੁੰਦਾ, ਕਿ ਕਲਾਮ 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 ਆਲੇ ਮੁਹੰਮਦ ਕੇ ਜੋ ਨਜ਼ਰ ਹੈ ਕੀਆ, ਕਲਾਮ ਆਲੇ ਮੁਹੰਮਦ ਕੇ ਜੋ ਨਜ਼ਰ ਹੈ ਕੀਆ, ਮੇਰਾ ਯੇ ਜ਼ਾਦੇ ਸਫ਼ਰ ਹੈ ਜ਼ਮੀਂ ਸੇ ਲੇ ਜਾਣਾ। ਫਿਰ ਸੁਣ ਲਓ, ਫਿਰ ਸੁਣ ਲਓ, ਕਲਾਮ ਕਲਾਮ ਆਲੇ ਮੁਹੰਮਦ ਕੇ ਜੋ ਨਜ਼ਰ ਹੈ ਕੀਆ, ਮੇਰਾ ਯੇ ਜ਼ਾਦੇ ਸਫ਼ਰ ਹੈ ਜ਼ਮੀਂ ਸੇ ਲੇ ਜਾਣਾ, ਮੇਰਾ ਯੇ ਜ਼ਾਦੇ ਸਫ਼ਰ ਹੈ ਜ਼ਮੀਂ ਸੇ ਲੇ ਜਾਣਾ, ਔਰ ਮੇਰੀ ਤਲਾਸ਼ ਮੈਂ ਐ ਇਜ਼ਰਾਈਲ ਮਤ ਫਿਰਨਾ, ਸਫ਼ੇ ਅਜ਼ਾ ਪੇ ਮਿਲੂੰਗਾ ਵਹੀਂ ਸੇ ਲੇ ਜਾਣਾ। ਮੇਰੀ ਤਲਾਸ਼ ਮੈਂ ਐ ਇਜ਼ਰਾਈਲ ਮਤ ਫਿਰਨਾ, ਸਫ਼ੇ ਅਜ਼ਾ ਪੇ ਮਿਲੂੰਗਾ ਵਹੀਂ ਸੇ ਲੇ ਜਾਣਾ। ਅਯਾਮਿਨ ਇਹ ਮਹੀਨਾ ਮਨਸੂਬ ਹੈ ਹਸਨੈਨ ਸ਼ਰੀਫਾਂ ਦੀ ਪਾਕ ਅੰਮਾ ਦੇ ਨਾਮ ਦੇ ਨਾਲ। ਵੈਸੇ ਵੀ ਅੱਜ ਬਹੁਤ ਬੜਾ ਦਿਨ ਹੈ, ਪਾਕ ਮਖਦੂਮਾ ਦੀ ਆਮਦ ਵੀ ਹੈ, ਅਤੇ ਦਿਲ ਆਖ ਰਿਹਾ ਕਿ ਮੈਂ ਤੁਹਾਨੂੰ ਥੋੜ੍ਹਾ ਜਿਹਾ ਜਨਾਬ ਸੈਯਦਾ ਸੁਣਾਵਾਂ। ਬਹੁਤ ਖੂਬਸੂਰਤੀ ਦੇ ਨਾਲ ਸਮਾਤ ਫਰਮਾ ਰਹੇ ਹੋ, ਮਿਆਰੇ ਸਮਾਤ ਬੜਾ ਬੁਲੰਦ ਹੈ ਜਨਾਬ ਦਾ, ਜਨਾਬ ਦੇ ਮਿਆਰੇ ਸਮਾਤ ਨੂੰ ਮੱਦੇ ਨਜ਼ਰ ਰੱਖਦੇ ਹੋਇਆਂ ਪਹਿਲਾ ਲਫ਼ਜ਼ ਮੈਂ ਜਨਾਬ ਸੈਯਦਾ ਦੀ ਸ਼ਾਨ ਵਿੱਚ ਜਨਾਬ ਤੱਕ ਪਹੁੰਚਾਉਣ ਲੱਗਾ, ਹਾਲਾਂਕਿ ਇਤਨੀ ਜ਼ੁਰਤ ਨਹੀਂ, ਔਕਾਤ ਨਹੀਂ, ਬਸਾਤ ਨਹੀਂ ਕਿ ਮੈਂ ਉਸ ਮਖਦੂਮਾ ਦਾ ਤਾਰਫ ਕਰਵਾਵਾਂ ਜਿਹੜੀ ਹੁਸੈਨ ਦੀ ਮਾਂ ਹੈ। ਕਿਆ ਇੱਜ਼ਤ ਹੈ! ਅਤੇ ਇਹ ਮੈਂ ਕਦੀ ਨਹੀਂ ਆਖਿਆ ਮਿੰਬਰ 'ਤੇ ਕਿ ਮੇਰੇ ਚੰਦ ਠੁੱਠੇ ਫੁੱਠੇ ਅਲਫਾਜ਼ ਸੁਣ ਲਓ, ਨਾ ਬਾਬਾ, ਜਿਹੜੇ ਲਫ਼ਜ਼ ਮੁਹੰਮਦ ਵਾਲੇ ਮੁਹੰਮਦ ਦੀ ਸਨਾਹ 'ਚ ਆ ਜਾਣ ਉਹ ਠੁੱਠੇ ਫੁੱਟੇ ਨਹੀਂ ਹੁੰਦੇ, ਉਹ ਇੱਜ਼ਤ ਵਾਲੇ ਹੁੰਦੇ ਨੇ, ਉਹ ਅਜ਼ਮਤਾਂ ਵਾਲੇ ਹੁੰਦੇ ਨੇ। ਪਹਿਲਾ ਲਫ਼ਜ਼ ਫਜ਼ਾਇਲ ਦਾ, ਬਤੂਲ ਕਿਸ ਨੂੰ ਆਦੇ ਨੇ? ਮੇਰੇ ਬਜ਼ੁਰਗ ਬੈਠੇ ਹੋ, ਦੁਆ ਫਰਮੇ ਸੋ। ਪਹਿਲਾ ਲਫ਼ਜ਼ ਬਤੂਲ ਉਸ ਬੀਬੀ ਨੂੰ ਆਦੇ ਨੇ ਜਿਹਦਾ ਵਾਸਤਾ ਅੱਲਾ ਦੇ ਦਰਬਾਰ 'ਚੋਂ ਰੱਦ ਨਾ ਹੋ ਸਕੇ। ਕਿਆ ਬਾਤ ਹੈ! ਜਿਹੜਾ ਸੋਹਣਾ ਲਫ਼ਜ਼ ਹੈ, ਉਹਦਾ ਖੂਬਸੂਰਤੀ ਦੇ ਨਾਲ ਜਨਾਬ ਨੇ ਸਮਾਤ ਫਰਮਾਇਆ। ਮੈਂ ਲਫ਼ਜ਼ ਆਖੇ ਬਤੂਲ ਉਸ ਬੀਬੀ ਨੂੰ ਆਦਨ ਜਿਹਦਾ ਵਾਸਤਾ ਅੱਲਾ ਦੇ ਦਰਬਾਰ 'ਚੋਂ ਰੱਦ ਨਾ ਹੋ ਸਕੇ। ਤੁਸੀਂ ਸੋਹਣਾ ਸੁਣਿਆ, ਚਲੋ ਸੋਹਣਾ ਸੁਣਿਆ, ਇਹਦੇ ਕੋਲੋਂ ਵੱਡਾ ਲਫ਼ਜ਼ ਆਦਾਂ। ਪਹਿਲਾ ਲਫ਼ਜ਼ ਆਖੇ ਬਤੂਲ ਉਸ ਬੀਬੀ ਨੂੰ ਆਦਨ ਜਿਹਦਾ ਵਾਸਤਾ ਅੱਲਾ ਦੇ ਦਰਬਾਰ 'ਚੋਂ ਰੱਦ ਨਾ ਹੋ ਸਕੇ। ਤੁਸੀਂ ਸੋਹਣਾ ਸੁਣਿਆ, ਇਹਦੇ ਕੋਲੋਂ ਵੱਡਾ ਲਫ਼ਜ਼ ਬਤੂਲ ਉਸ ਬੀਬੀ ਨੂੰ ਆਦਨ ਜਿਹਦੀ ਇੱਕ ਚਾਦਰ ਪੂਰੀ ਉਮਤ ਦੇ ਗੁਨਾਹ ਤੇ ਅਬਰੇ ਰਹਿਮਤ ਬਣ ਜਾਏ। ਅੱਲਾਹ ਅਕਬਰ! ਬਈ ਕਿਆ ਬਾਤ ਹੈ! ਪਹਿਲਾ ਲਫ਼ਜ਼ ਬੜਾ ਖੂਬਸੂਰਤੀ ਦੇ ਨਾਲ ਸਮਾਤ ਫਰਮਾਏ, ਦੂਸਰਾ ਲਫ਼ਜ਼ ਉਸ ਤੋਂ ਵੀ ਜ਼ਿਆਦਾ ਖੂਬਸੂਰਤੀ ਦੇ ਨਾਲ। ਪਹਿਲਾ ਲਫ਼ਜ਼ ਆਖੇ ਬਤੂਲ ਉਸ ਬੀਬੀ ਨੂੰ ਆਦਨ ਜਾਂਦਾ ਵਾਸਤਾ ਅੱਲਾ ਦੇ ਦਰਬਾਰ 'ਚ ਰੱਦ ਨਾ ਹੋ ਸਕੇ। ਸੋਹਣਾ ਸੁਣੇ, ਦੂਸਰਾ ਲਫ਼ਜ਼ ਮੈਂ ਆਖੇ ਬਤੂਲ ਉਸ ਬੀਬੀ ਨੂੰ ਆਦਨ ਜਾਂਦੀ ਇੱਕ ਚਾਦਰ ਪੂਰੀ ਉਮਤ ਦੇ ਗੁਨਾਹ ਤੇ ਅਬਰੇ ਰਹਿਮਤ ਬਣ ਜਾਏ, ਉਸ ਤੋਂ ਵੀ ਜ਼ਿਆਦਾ ਖੂਬਸੂਰਤੀ ਦੇ ਨਾਲ ਸਮਾਤ ਫਰਮਾਏ। ਲਓ ਹੁਣ ਜਿਹੜਾ ਲਫ਼ਜ਼ ਆਦਾਂ, ਇਹਦੇ ਕੋਲੋਂ ਵੱਡਾ ਹੈ ਹੀ ਕੋਈ ਨਹੀਂ, ਯਾਦ ਹੀ ਕੋਈ ਨਹੀਂ। ਕੁਰਾਨ ਪਾਕ ਦੀ ਜ਼ੁਬਾਨ 'ਚ ਬਤੂਲ ਕਿਸ ਨੂੰ ਆਦਨ? ਕੁਰਾਨ ਪਾਕ ਦੀ ਜ਼ੁਬਾਨ 'ਚ ਬਤੂਲ ਉਸ ਬੀਬੀ ਨੂੰ ਆਦਨ ਜਿਹੜੀ ਸਾਲ ਦੇ 365 ਦਿਨ, ਹਰ ਦਿਨ ਰਾਤ ਦੇ 8 ਪਾਰ, ਹਰ ਪਾਰ ਦੇ 3 ਘੰਟੇ, ਹਰ ਘੰਟੇ ਦੇ 60 ਮਿੰਟ, ਹਰ ਮਿੰਟ ਦੇ 60 ਸੈਕਿੰਡ, ਹਰ ਸੈਕਿੰਡ ਦੇ ਕਰੋੜਵੇਂ ਹਿੱਸੇ 'ਚੋਂ ਵੀ ਅੱਲਾ ਦੇ ਕਾਨੂੰਨ ਦੇ ਮੁਤਾਬਕ ਇਬਾਦਤ ਤੋਂ ਰੋਕੀ ਨਾ ਜਾਏ। ਸੁਭਾਨ ਅੱਲਾਹ!
ਮੁਤਾਹਿਰਾ। ਭਲਾ ਹੋਏ ਜਿਹਨਾਂ ਦਾਤ ਦਿੱਤੀ ਇਸ ਜੁਮਲੇ ਤੇ। ਮੈਂ ਕਿਹਾ ਉਸ ਤਾਹਿਰਾ ਮੁਤਾਹਿਰਾ। ਚਲੋ ਥੋੜ੍ਹੀ ਜਿਹੀ ਦੀ ਤੌਜ਼ੀ ਕਰੀਏ। ਤਾਹਿਰ ਕਿਆ ਹੁੰਦਾ ਹੈ? ਅੱਲਾ ਜ਼ਿੰਦਗੀ ਕਰੇ ਭਾਈ ਫਰਮਾਰਨ ਪਾਕ। ਤਾਹਿਰ ਮਾਨਾ ਪਾਕ। ਮੁਤਾਹਿਰ ਕੀ ਹੁੰਦਾ ਹੈ? ਤਾਹਿਰ ਉਹ ਹੁੰਦਾ ਹੈ ਜਿਹੜਾ ਪਾਕ ਹੋਵੇ। ਮੁਤਾਹਿਰ ਉਕੂ ਹੁੰਦਾ ਹੈ, ਉਕੂ ਆਦਨ, ਜਿਹੜਾ ਪਾਕ ਵੀ ਹੋਵੇ ਤੇ ਪਾਕ ਕਰਨ ਦੀ ਤਾਕਤ ਵੀ ਰੱਖਦਾ ਹੋਵੇ। ਢੇਰ ਸਾਰੀਆਂ ਮਿਸਾਲਾਂ ਤੁਹਾਡੇ ਸਾਹਮਣੇ ਨੇ। ਇੱਕ ਜਟਕੀ ਜੀ ਆਮ ਜੀ ਮਿਸਾਲ, ਇਹ ਦੁੱਧ ਜਿਹੜਾ ਦੁੱਧ ਖੀਰ, ਇਹ ਤਾਹਿਰ ਏ ਪਾ ਕੇ ਤੇ ਵੁਜ਼ੂ ਕਿਉਂ ਨਹੀਂ ਕਰਦੇ? ਬਾਬਾ ਪਾਕ ਜੋ ਹੈ ਮਾਲੂਮ ਹੋਇਆ ਤਾਹਿਰ ਜ਼ਰੂਰ ਏ, ਮੁਤਾਹਿਰ ਨਹੀਂ। ਇਹਦੇ ਮੁਕਾਬਲੇ ਚ ਪਾਣੀ ਤਾਹਿਰ ਵੀ ਏ, ਮੁਤਾਹਿਰ ਵੀ ਏ। ਤੇ ਮੈਂ ਜਨਾਬ ਸਈਦਾ ਦੀ ਮਿਸਾਲ ਦਿੱਤੀ ਏ, ਉਸ ਤਾਹਿਰਾ ਮੁਤਾਹਿਰਾ ਜਿਹੜੀ ਪਾਕ ਵੀ ਏ ਤੇ ਪਾਕ ਕਰਨ ਦੀ ਤਾਕਤ ਵੀ ਰੱਖਦੀ ਏ ਉਹਦਾ। ਚਲੋ ਜੋੜਾ ਹੈ ਚਾਰ ਮਿਸਰੇ। ਕੋਈ ਸ਼ਰੀਫ ਕਿਸੇ ਸ਼ਰੀਫ ਕੋ ਤੋਹਫਾ ਦੇ, ਵੋ ਲਾਜ਼ਮਨ ਉਸੇ ਕਰਨੇ ਵਸੂਲ ਉੱਠਤਾ ਹੈ। ਉਸੂਲ ਏ, ਬਜ਼ੁਰਗ ਬੈਠੇ ਇੱਥੋਂ ਕਿਸੇ ਬੱਚੇ ਨੂੰ ਕੋਈ ਤੋਹਫਾ ਦੇ ਸਨ ਨਾ, ਤੇ ਬੱਚੇ ਦੇ ਫਰਾਇਜ਼ ਸ਼ਾਮਿਲ ਏ, ਉਹ ਤੋਹਫਾ ਉੱਠ ਕੇ ਵਸੂਲ ਕਰੇ। ਵਜ੍ਹਾ ਤੁਹਾਡੇ ਸਾਹਮਣੇ ਕਿ ਦੇਣ ਵਾਲਾ ਬਜ਼ੁਰਗ ਏ, ਲੈਣ ਵਾਲਾ ਬਾਲ ਏ ਛੋਟਾ ਏ। ਇਹ ਦੇਣ ਲੈਣ ਜ਼ਿਹਨ ਚ ਆ ਗਿਆ? ਚਾਰ ਮਿਸਰੇ। ਕੋਈ ਸ਼ਰੀਫ ਕਿਸੇ ਸ਼ਰੀਫ ਕੋ ਤੋਹਫਾ ਦੇ, ਵੋ ਲਾਜ਼ਮਨ ਉਸੇ ਕਰਨੇ ਵਸੂਲ ਉੱਠਤਾ ਹੈ। ਨਬੀ ਕੇ ਪਾਸ ਯੇ ਤੋਹਫਾ ਹੈ ਜ਼ਹਰਾ ਖਾਲਿਕ ਕਾ, ਜਬ ਹੀ ਤੋ ਦੇਖ ਕੇ ਉਸਕੋ ਰਸੂਲ ਉੱਠਤਾ ਹੈ। ਔਜ਼ੁ ਬਿੱਲਾਹ ਮਿਨਸ਼ ਸ਼ੈਤਾਨ ਰਜੀਮ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਫਸ਼ਾਹਿਦਨ ਨਜਵਾ ਮਾਲਿਕੁਲ ਮੁਲਕੇ ਵਦ ਬਰਹੂ ਤਦਬੀਰਾ ਸਲਵਾ। ਅਸਲਾ اشرف الانبیاء الرسول المصدد والمصطفی المجد والمحمود الاحمد سیدنا ونبینا وشفیع ذنوبنا وطبیب قلوبنا وبالقاسم محمد ਕਿਤਾਬ-ਉਲ-ਮਜੀਦ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਯਾ ਅਯੁਹੱਲ-ਲਜ਼ੀਨਾ ਆਮਨੂ ਤੱਕੂ ਲਾਹਾ ਵਕੂਨੂ ਮਾ ਅਸਾਦਿਕੀਨ ਇਸਮਤ ਦੇ ਇੱਕ ਮੁਲਕ ਦਾ ਨਹੀਂ ਪੂਰੇ ਜਾ
ਜਗਦਾਨਾ ਜ਼ਹਰਾ ਏ ਆਬਾਦ ਰਹੋ ਵਸਦੇ ਰਹੋ ਮੌਲਾ ਬਾਨੀਆਂ ਦੀ ਤੌਫੀਕ ਆਤ ਵਿੱਚ ਇਜ਼ਾਫਾ ਫਰਮਾਓ ਇਹ ਬਾਨੀਆਂ ਵਾਸਤੇ ਇਸ ਵਾਸਤੇ ਨਹੀਂ ਦੁਆ ਮੰਗਦੇ ਕਿ ਬਾਅਦ ਵਿੱਚੋਂ ਮਿਲਣਾ ਹੁੰਦਾ ਨਹੀਂ ਉਹ ਅਸਾਂ ਪਹਿਲੋਂ ਵੀ ਮਿਲ ਲੈਂਦੇ ਬਾਨੀਆਂ ਵਾਸਤੇ ਦੁਆ ਇਸ ਵਾਸਤੇ ਮੰਗੀ ਦੀ ਹੈ ਕਿ ਤੁਹਾਡੇ ਸੁਣਨ ਦਾ ਸਾਡੇ ਪੜ੍ਹਨ ਦਾ ਸਬਬ ਪੈਦਾ ਕਰਦੇ ਇੱਕ ਰਾਬਤੇ ਦਾ ਨਾਮ ਬਾਨੀ ਇਹ ਕੋਈ ਬਾਨੀ ਮਿਹਨਤ ਕੀਤੀ ਹੈ ਫੁੜੀ ਵਿਛਾਈ ਹੈ ਤੁਸੀਂ ਇਕੱਠੇ ਹੋਏ ਇਬਾਦਤ ਕਰ ਰਹੇ ਹੋ ਅਸਾਂ ਪੜ੍ਹ ਰਹੇ ਇਸ ਵਾਸਤੇ ਜਿਹੜਾ ਵੀ ਮਜ਼ਲੂਮ ਹੈ ਕਰਬਲਾ ਦੀ ਫੁੜੀ ਵਿਛਾਉਂਦਾ ਹੈ ਮੇਰੀ ਦੁਆ ਹੈ ਮੌਲਾ ਉਹਨਾਂ ਦੀ ਤੌਫੀਕਾਤ ਵਿੱਚ ਇਜ਼ਾਫਾ ਆਪਣੀ ਜ਼ਾਕਰੀ ਜ਼ੁਬਾਨ ਵਿੱਚ ਮੈਂ ਜਨਾਬੇ ਸੈਯਦਾ ਦਾ ਥੋੜ੍ਹਾ ਜਿਹਾ ਤਾਰਫ ਪੜ੍ਹਿਆ ਆਗਾਜ਼ ਵਿੱਚ ਚਾਰ ਮਿਸਰੇ ਜਨਾਬੇ ਸੈਯਦਾ ਦੀ ਸ਼ਾਨ ਇਸਮਤ ਦੇ ਇੱਕ ਮੁਲਕ ਦਾ ਨਹੀਂ ਪੂਰੇ ਜਗ ਦਾ ਨਾਂ ਜ਼ਹਰਾ ਏ ਮੈਂ ਕਸਮਨ ਆਹਦਾ ਦੀਨ ਅੱਲਾ ਦੀ ਸ਼ਾਹ ਰਗਦਾ ਨਾਂ ਤੀਸਰੀ ਲਾਈਨ ਸੁਣ ਸੋ ਤੀਸਰੀ ਲਾਈਨ ਮੈਂ ਕਸਮਨ ਇਹਦੇ ਬਾਅਦ ਤੀਸਰੀ ਲਾਈਨ ਪੜ੍ਹ ਸੌ ਕਾਬਲੇ ਕੋਲ ਮੈਂ ਕਸਮਨ ਆਹਦਾ ਦੀਨ ਅੱਲਾ ਦੀ ਸ਼ਾਹ ਰਗਦਾ ਨਾਂ ਜ਼ਹਰਾ ਏ ਸੁਣੀ ਲੈਣ ਜਿਹੜੀ ਹੱਥ ਹੈ ਦਰਦੇ ਜਿਹੜੀ ਹੱਥ ਹੈ ਦਰਦੇ ਮੁਦਰੀ ਆਈ ਉਹਦੇ ਨਗਦਾ ਨਾਂ ਜ਼ਹਰਾ ਏ ਜਿਹੜੀ ਸਰ ਸਰਵਰ ਤੇ ਸਜਦੀ ਹੈ ਉਸ ਪੱਗ ਦਾ ਨਾਂ ਜੀ ਆ ਉਹੀ ਪੜ੍ਹਨ ਤਕਰੀਬਨ 10-12 ਦਿਨ ਹੋ ਗਏ ਇਸ ਕਸੀਦੇ ਨੂੰ ਪੜ੍ਹਦੇ ਹਾਂ ਪੂਰੇ ਮੁਲਕ 'ਚ ਕੀ ਬਲਕਿ ਪੂਰੀ ਦੁਨੀਆ 'ਚ ਸੁਣਿਆ ਜਾ ਚੁੱਕਿਆ ਹੁੰਦਾ ਇਹ ਕਿ ਹਰ 3 ਮਹੀਨੇ ਬਾਅਦ ਮੁਰਸ਼ਦਜ਼ਾਦੀ ਹਰ 3 ਮਹੀਨੇ ਬਾਅਦ ਮੁਰਸ਼ਦਜ਼ਾਦੀ ਕੋਈ 2-3 ਸ਼ੇਰ ਅਤਾ ਕਰ ਦਿੰਦੇ ਨੇ ਜਿਹਦੇ ਨਾਲ ਸਾਡੇ ਅਗਲੇ 3 ਮਹੀਨੇ ਲੰਘ ਜਾਂਦੇ ਨੇ ਇਹ ਹਕੀਕਤ ਹੈ ਸੱਚੀਆਂ ਉਹ 2-3 ਮਹੀਨੇ ਫਿਰ ਪੂਰੇ ਮੁਲਕ 'ਚ ਪੜ੍ਹ ਲਈ ਤਾਂ ਉਹਦੇ ਉਤਨੀ ਦੇਰ ਤੱਕ ਫਿਰ ਮੁਰਸ਼ਦਜ਼ਾਦੀ 1-2 ਕਸੀਦੇ ਪਏ ਇਸੇ ਤਰ੍ਹਾਂ ਕੋਈ 3-4 ਕਸੀਦਿਆਂ 'ਚ ਪੂਰਾ ਸਾਲ ਲੱਗ ਜਾਂਦਾ ਹੈ ਹਾਲਾਂਕਿ ਲਿਖਦੇ ਜ਼ਿਆਦਾ ਉਹ ਫਿਰ ਅੱਗੇ ਕਿਉਂਕਿ 2 ਮਹੀਨੇ ਤਾਂ ਰਜਬ ਸ਼ਬਾਨ ਹੀ ਤਾਂ ਫਿਰ ਚੱਲ ਸੋ ਚੱਲ ਕਸੀਦੇ ਕੋਈ 10-12 ਲਿਖਣੇ ਹੁੰਦੇ ਨੇ ਅਤੇ ਪੜ੍ਹਨੇ ਵੀ ਹੁੰਦੇ ਨੇ ਲੇਕਿਨ ਇਹ ਬੜੀ ਮਿਹਰਬਾਨੀ ਕਰਦੇ ਲੇਕਿਨ ਜਿਹੜਾ ਸਵਾਦ ਤੇ ਲਜ਼ਤ ਹੈ ਨਾ ਬਾਬੇ ਫੌਕ ਵਾਲੇ ਕਸੀਦੇ ਚਲੋ ਬਾਬੇ ਫੌਕ ਵਾਲਾ ਕਸੀਦਾ ਮੈਂ ਸੁਣਵੇ ਸਾਂ ਅਤੇ ਉਹ ਸੁਣਵੇ ਸਾਂ ਜਿਹੜਾ ਨਹੀਂ ਪੜ੍ਹੀਂਦਾ ਇਹ ਜਿਸਲੇ ਮੈਂ ਆਖਰ 'ਤੇ ਕਸੀਦਾ ਸ਼ੁਰੂ ਕਰੇ ਸਨ ਬਾਕੀ ਗੱਲਾਂ ਮੈਂ ਫਿਰ ਦੱਸਾਂ ਕਿ ਕਿਵੇਂ ਨਹੀਂ ਪੜ੍ਹੀਂਦਾ ਕਿਹੜਾ ਪੜ੍ਹੀਂਦਾ ਅਤੇ ਕਿਹੜਾ ਨਹੀਂ ਪੜ੍ਹੀਂਦਾ ਉਹ ਮੈਂ ਸਾਰੇ ਦੱਸੇ ਸਾਂ ਬਹਰਹਾਲ ਜਿਹੜਾ ਪੂਰੇ ਮੁਲਕ 'ਚ ਕੀ ਬਲਕਿ ਪੂਰੀ ਦੁਨੀਆ 'ਚ ਸੁਣਿਆ ਜਾ ਚੁੱਕਿਆ ਉਹ ਮੁਰਸ਼ਦਜ਼ਾਦੀ ਅਤਾ ਕੀਤਾ ਉਹਦੇ ਤੋਂ ਆਗਾਜ਼ ਕਰ ਰਹੇ ਹਾਂ ਸਦਕੇ ਹੁਸੈਨ ਦੇ ਸਦਕੇ ਹੁਸੈਨ ਦੇ ਸਦਕੇ ਹੁਸੈਨ ਦੇ ਸਦਕੇ ਹੁਸੈਨ ਦੇ ਰਦੀਫ ਹੈ ਰੈਪੀਟੀਸ਼ਨ ਹੈ ਸਦਕੇ ਹੁਸੈਨ ਦੇ
ਇਹ ਬਾਰ ਬਾਰ ਆਸੀ ਸਿਰਫ ਤੁਸੀਂ ਗੌਰ ਕਰਨੀ ਹੈ ਕਿ ਕਿਹੜਾ ਸੋਹਣਾ ਰਦੀਫ ਖੁੱਲੀ ਕਿਹੜਾ ਸੋਹਣਾ ਹੈ ਇਹ ਜੁੜਿਆ ਕੈਸਾ ਸਦਕੇ ਹੁਸੈਨ ਸਦਕੇ ਹੁਸੈਨ ਦੇ ਸਦਕੇ ਹੁਸੈਨ ਦੇ ਪਾਕੀ ਅਲੀ ਦੇ ਚੱਲ ਜ਼ਹਰਾ ਦੇ ਚੈਨ ਦੇ ਸਦਕੇ ਸਦਕੇ ਹੁਸੈਨ ਦੇ ਤੁਹਾਡੀ ਮਿਹਰਬਾਨੀ ਤੁਸੀਂ ਫਰਦੇ ਸਾਨੀ ਦਾ ਦਿੱਤੀ ਲਓ ਦਾਦ ਵਾਲੀ ਗੱਲ ਮੈਂ ਹੁਣ ਸ਼ੇਰਾਂ 'ਚ ਕਰਨੀ ਹੈ ਸਦਕੇ ਹੁਸੈਨ ਦੇ ਬਸ ਰਦੀਫ ਜਿਹੜੇ ਤੁਹਾਡੇ ਜ਼ਿਹਨ 'ਚ ਰਹੇ ਇਹ ਵੇਖਣਾ ਕਿ ਸਦਕੇ ਹੁਸੈਨ ਕਿਆ ਸਭ ਆ ਜਾਓ ਅੱਗੇ ਆਓ 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 ਬਿਸਮਿਲ ਮੌਲਾ ਦੇ ਮਦਾ ਖਾਨ ਆਓ ਸਦਕੇ ਹੁਸੈਨ ਦੇ ਬਸ ਇਹ ਵੇਖਣਾ ਕਿ ਰਦੀਫ ਖੁੱਲਿਆ ਕਿੱਡਾ ਸੋਹਣਾ ਹੈ ਸਦਕੇ ਹੁਸੈਨ ਦੇ ਮਿਹਰਬਾਨੀ ਕਰ ਦੇ ਤੂੰ ਹੋਵਾਂ ਮੈਂ ਆਜ਼ਾਦੇ ਫੁੱਤਰਸ ਨੇ ਰੱਬ ਅੱਗੇ ਕੀਤੀ ਫਰਿਆਦ ਮਿਹਰਬਾਨੀ ਕਰ ਦੇ ਤੂੰ ਹੋਵਾਂ ਮੈਂ ਆਜ਼ਾਦੇ ਫੁੱਤਰਸ ਨੇ ਰੱਬ ਅੱਗੇ ਕੀਤੀ ਫਰਿਆਦ ਕਿਹੜੀ ਪੀਂਗੇ ਨਾਲ ਲਾਗੀ ਕੇਤੇ ਪਰ ਮੈਨੂੰ ਲੈਣ ਦੇ ਸਦਕੇ ਹੁਸੈਨ ਦੇ ਆਬਾਦ ਰਹੋ ਸਦਕੇ ਹੁਸੈਨ ਦੇ ਮਿਹਰਬਾਨੀ ਕਰ ਦੇ ਤੂੰ ਹੋਵਾਂ ਮੈਂ ਆਜ਼ਾਦ ਫੁੱਤਰਸ ਨੇ ਰੱਬ ਅੱਗੇ ਕੀਤੀ ਫਰਿਆਦ ਕਿਹੜੀ ਪੀਂਘੇ ਨਾਲ ਲੱਗ ਕੇ ਤੇ ਪਰ ਮੈਨੂੰ ਲੈਣ ਦੇ ਸਦਕੇ ਹੁਸੈਨ ਦੇ ਲਓ ਅਗਲੇ ਸ਼ੇਰ ਚ ਵੇਖਣਾ ਕਿ ਰਦੀਫ ਕਿਹੜਾ ਸੋਹਣਾ ਖੁੱਲੇ ਸਦਕੇ ਹੁਸੈਨ ਦੇ ਰੱਬ ਪੀਆ ਆਖੇ ਸੁਣ ਵਾਰਿਸੇ ਕੌਣ ਨੇ ਜਦੋਂ ਤੱਕ ਰਵੇ ਹਾਏ ਹਾਏ ਰੱਬ ਪੀਆ ਆਖੇ ਸੁਣ ਵਾਰਿਸ ਕੌਣ ਨੇ ਜਦੋਂ ਤੱਕ ਰਵੇ ਤੇਰੀ ਕੰਢ ਤੇ ਹੁਸੈਨ ਉਦੋਂ ਤੱਕ ਸਾਰੇ ਨੂੰ ਤੂੰ ਸਜਦੇ ਚ ਰਹਿਣ ਦੇ ਸਦਕੇ ਹੁਸੈਨ ਸਦਕੇ ਹੁਸੈਨ ਦੇ ਚਲੋ ਤੁਹਾਡੀ ਮੁਹੱਬਤ ਵਾਸਤੇ ਇੱਕ ਜਗ੍ਹਾ ਹੋਰ ਸਦਕੇ ਹੁਸੈਨ ਇਸ ਜਗ੍ਹਾ ਵੀ ਵੇਖਣਾ ਹੈ ਕੈਸਾ ਫਿੱਟ ਆਏ ਦੁਨੀਆ ਦੇ ਉੱਤੇ ਤਾਈਓਂ ਦੇਵਾਂ ਏ ਸਦਾਵਾਂ ਮੈਂ ਰਾਹੇ ਬਾਖੇ ਕਿਉਂ ਨਾ ਹੁਣੇ ਖੁਸ਼ੀਆਂ ਮਨਾਵਾਂ ਮੈਂ ਦੁਨੀਆ ਦੇ ਉੱਤੇ ਤਾਈਓਂ ਦੇਵਾਂ ਏ ਸਦਾਵਾਂ ਮੈਂ ਰਾਹੇ ਬਾਖੇ ਕਿਉਂ ਨਾ ਆਬਾਦ ਰਹੋ ਵਸਦੇ ਰਹੋ ਬਹੁਤ ਜ਼ਿਆਦਾ ਪੜ੍ਹੇ ਬਹੁਤ ਜ਼ਿਆਦਾ ਸੁਣਿਆ ਜਾ ਚੁੱਕਿਆ ਔਰ ਬੜਾ ਪਸੰਦ ਕੀਤਾ ਗਿਆ
اور ویسے بھی ایام بھی ہیں پاک مخدومہ دے، اس واسطے ایک دفعہ پھر تھوڑی نظر کر رہی ہیں. اے نبی آسرا ایک کل جہان دا نبی دا آسرا ہے ماں حسین دی، جیو خدیجہ آمنہ تے ہوا آسیاں اونا دی پیشوا ہے ماں حسین دی. نبی آسرا مریم وی جان دی جنو رب چا ودھاوے، جبریل جیندے بوہے تے بل پوچھیا نہ جاوے، خاتون کوئی یا جی سین دی کیویں ہم سر بلے، جیندے قدمیوں تے رکھے حسین سر او صاحب حیا ہے ماں حسین دی. آباد رہو. اچھا بسم اللہ بسم اللہ، اچھا بسم اللہ کراں. معذرت دے نال دین جیڑا ہے نا دین، اے مولوی نے نہیں پھیلایا، ممبر تے کول بڑی ذمہ داری نال آ کر دین جیڑا ہے اے مولوی نے، اللہ زندگی کرے مولوی فساد پھیلایا. دین دا پرچار کرن واسطے بزرگاں نے دین دا عمل، جس طرح کلندر شہنشاہ، سائیں بودلا بہار شاہ، عبدالتی بٹائی، صدر الدین بادشاہ، شاہ شمس تبریز، بری امام، بلے شاہ، شاہ پیارا، شاہ چند چراغ، سخی زمان، شاہ موتیاں والی سرکار، انہاں بزرگاں دیاں محنتاں دین تے زندگی. ایک اسی طرح ایک نام ہے خواجہ معین الدین چشتی، ٹھیک ہے، اجمیر شریف. اکثر تو جی میں لکھیا پڑھتے نہیں روز شاہ است حسین، یہ انہاں بزرگاں لکھے. چلو اپنی مرضی نال تو روز پڑھ دیو، آؤ رل کے پڑھیے تو جڑی بزرگاں ونڈ کیتی ہے وہ ونڈ ویکھو کیسی. بزرگاں لکھے شاہ است حسین ایک لائن، بادشاہ است حسین دو، دین است حسین ترے، دین پنا است حسین چار. تسا غور نہیں کیتا جڑیاں چار لائن چ امام حسین دا نام دیتا ہے اتھے کمینے دا نہیں آون دیتا. اگے لکھا ہے سرداد ناداد دست در دست یزید، جڑی لائن چ کمینے دا نام پائے اتھے مولا دا نہیں آن دیتا. کوئی شک نہیں شاہ بھی حسین بادشاہ بھی دین بھی پناہ بھی، کوئی شک نہیں، لیکن جڑی گل نا چیز کرنا چاہتا ہے شاہ است زہرا دلالے اپنی ماں دی وجہ تو دین پناہ بے مثالے اپنی ماں دی وجہ تو پوچھتا کولوں حجاب کبریا اعزاز مرتضی نماز انبیاء ہے ماں حسین دی. بالکل ایک نواں قصیدہ کل انہاں نوں یاد کروایا ہے، جے لب گیا جلدی انہاں نوں تے اللہ زندگی کرے. اے بالکل نواں پہلی دفعہ. اچھا گزارش ہے کہ اسی کوئی سردی پٹڑی تو کوئی ادھر ادھر تھوڑا جہ ہو جائیے نا تے پریشان ہو کے نہ ویکھیا کرو.
ਉਹ ਅਗਲੀਆਂ ਵੀ ਭੁੱਲ ਜਾਂਦਾ, ਉੱਥੇ ਦਾਤ ਦੇ ਦਿਆ ਕਰੋ। ਵੀ ਕਿਆ ਬਾਤ ਹੈ, ਕਿਆ ਬਾਤ ਹੈ, ਵਾਹ ਵਾਹ ਕਿਆ ਬਾਤ ਹੈ, ਹਾਂਜੀ ਦਾਤ ਦੇ ਦੇ ਤਾਂ ਕਿ ਉਹ ਮਜ਼ੀਦ ਅੱਗੋਂ ਚੌਕਸ ਹੋ ਜਾਵੇ, ਠੀਕ ਹੋ ਜਾਵੇ। ਤੂੰ ਬਿਲਕੁਲ ਨਵਾਂ ਕਸੀਦਾ ਅਤੇ ਤੁਹਾਡੀ ਇਮਾਮ ਹੁਸੈਨ ਬਾਦਸ਼ਾਹ ਤੁਹਾਨੂੰ ਸਲਾਮਤ ਰੱਖਣ। ਹਯਾਤ ਸ਼ਰਮ ਦਾ ਭਰਮ ਚੁੰਮ ਰਿਆਏ, 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 ਹਯਾਤ ਸ਼ਰਮ ਦਾ, ਹਯਾਤ ਸ਼ਰਮ ਦਾ ਭਰਮ ਚੁੰਮ ਰਿਆਏ, ਸ਼ਰਮ ਭਰਮ ਇਹ ਕਾਫੀ ਹੈ। ਨਿਆਜ ਮੌਲਾ ਮੇਰੇ ਪਾਸੇ ਦੇਖੋ, ਹਯਾਤ ਸ਼ਰਮ, ਹਯਾਤ ਸ਼ਰਮ ਦਾ ਭਰਮ ਚੁੰਮ ਰਿਹਾ, ਭਰਮ ਸ਼ਰਮ ਕਾਫੀ ਹੈ। ਹਯਾਤ ਸ਼ਰਮ ਦਾ, ਹਾਂ ਬਾਈ ਸੁਣ, ਮਰਿਆਏ ਦਰੇ ਸੈਯਦਾਂ ਨੂੰ ਕਰਮ ਚੁੰਮ ਰਿਆਏ, ਹਯਾਤ ਸ਼ਰਮ ਦਾ ਭਰਮ ਚੁੰਮ ਰਿਆਏ, ਉਹ ਘਰ ਹੈ, ਉਹ ਘਰ ਫਾਤਿਮਾ ਦਾ ਜਹਾਂ ਤੇ ਉਹ ਘਰ ਹੈ, ਜੱਕੂ ਕਿਬਰੀਆ ਦਾ ਹਰਮ ਚੁੰਮ ਰਿਆਏ, ਆਬਾਦ ਰਹੋ। ਬਿਲਕੁਲ ਪਹਿਲੀ ਦਫਾ ਪੜਦਾ ਪਿਆ, ਲੇਕਿਨ ਬੜਾ ਸੋਹਣਾ ਇਸਤਕਬਾਲ ਕੀਤਾ, ਤੌਜ਼ੀ ਨਹੀਂ ਤਸ਼ਰੀ ਨਹੀਂ, ਤੌਜ਼ੀ ਤਸ਼ਰੀ ਸ਼ੇਰ ਆਪ ਕਰੇ ਸੀ। ਹਯਾਤ ਸ਼ਰਮ ਦਾ ਭਰਮ ਚੁੰਮ ਰਿਹਾ ਦਰੇ ਸੈਯਦਾਂ, ਕਰਮ ਚੁੰਮ ਰਿਹਾ ਏ, ਸ਼ਰਮ ਚੁੰਮ ਰਿਹਾ ਏ, ਹਰਮ ਚੁੰਮ ਰਿਹਾ ਏ, ਇਹ ਕਾਫੀਆ ਚੱਲਦਾ ਪਿਆ ਬਗੈਰ ਕਿਸੇ ਤੌਜ਼ੀ ਤਸ਼ਰੀ ਦੇ। ਸ਼ੇਰ ਪਾਉਣਾ ਚਾਹੁੰਦਾ ਕਿਵੇਂ ਬਈ, ਤਹਾਰਤ ਅਜ਼ਮਤ ਤੇ ਕਿਆ ਸ਼ਾਨ ਹੋ ਸੀ, ਉਹ ਬੀਬੀ ਦੀ ਅਜ਼ਮਤ ਤੇ ਕਿਆ ਸ਼ਾਨ ਹੋ ਸੀ, ਕਿ ਸ਼ਬੀਰ ਜੈਂਦੇ ਕਦਮ ਚੁੰਮ ਰਿਆਏ, ਆਬਾਦ ਰਹੋ, ਵਸਦੇ ਰਹੋ। ਸਖੀ ਇਮਾਮ ਹੁਸੈਨ ਬਾਦਸ਼ਾਹ ਤੁਹਾਡੀਆਂ ਨੌਕਰੀਆਂ ਕਬੂਲੋ ਮਨਜ਼ੂਰ ਫਰਮਾਉਣ। ਤੋ ਉਹ ਜਿਹੜੀ ਮੈਂ ਗੁਜ਼ਾਰਿਸ਼ ਕਰਦਾ ਪਿਆ ਕਿ ਹੁਕਮ ਕੀਤਾ ਬਜ਼ੁਰਗਾਂ ਨੇ, ਹਾਲਾਂਕਿ ਡਾਲਡਾ ਦੀ ਪੈਦਾਵਾਰ ਦਾ ਕੰਮ ਹੀ ਨਹੀਂ ਹੈ ਇਹਨਾਂ ਕਸੀਦਿਆਂ ਨੂੰ, ਉਹ ਜਿਹੜੇ ਬਜ਼ੁਰਗ ਪੜ੍ਹਦੇ ਰਹਿਣ ਇਹਨਾਂ ਕਸੀਦਿਆਂ ਨੂੰ, ਉਹ ਛੇ ਛੇ ਮਣ ਪੱਠੇ ਚੁੱਕ ਲੈਂਦੇ ਹਨ, ਠੀਕ ਹੈ ਜੀ, ਡਾਲਡੇ ਕੋਈ ਨਾ, ਬਜ਼ੁਰਗ ਤਾਈਦ ਫਰਮਾਉਂਦੇ ਪਏ। ਅਤੇ ਅਗਰ ਕੋਈ ਅਸੀਂ ਅੱਜ ਕੱਲ੍ਹ ਦੇ ਕੋਈ ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲੀਏ ਤਾਂ ਫਿਰ ਦੁਆ ਤਾਂ ਯਕੀਨਨ ਹੱਕ ਬਣਦਾ ਹੈ। ਅਤੇ ਕੋਸ਼ਿਸ਼ ਹੈ ਜੀ, ਮੈਂ ਬਿਸਮਿਲ੍ਲਾ, ਅਤੇ ਕੋਸ਼ਿਸ਼ ਹੀ ਹੈ ਕੋਸ਼ਿਸ਼, ਉਹ ਉਹਨਾਂ ਵਰਗਾ ਨਹੀਂ ਬਲ ਉਹਨਾਂ ਦੇ ਨਕਸ਼ੇ ਕਦਮ। ਬਾਬਾ ਸਰਦਾਰ ਅਲੀ ਫੌਕ ਮਰਹੂਮ ਦੇ ਤੁਸਾਂ ਬੜੇ ਕਸੀਦੇ ਸੁਣੇ, ਵਿੱਚ ਮੁਸ਼ਕਲ ਦੇ ਪੀਰ ਅਲੀ ਬਿਨ ਕੋਈ ਸਹਾਰਾ ਨਹੀਂ ਹੁੰਦਾ,
ठीक है। हक दा खलीफा वह होंदा जे को खालिक बनावे तां लुत्फ, मीम ते ऐन ने अरब दे अंदर दीन को चार रंग लाया है, गुल दी नफरत दिल विच हो बुलबुल दा तराना किसका। इस तरह दे एक तरस दे उत्ते कोई बाबे औरां दे कोई 40-50 कसीदे, बल्कि इस तो ज्यादा हो सकते। ठीक है, मैं भी बाबे सरदार अली फौक मरहूम दे दो शेर पढ़दा पिया, लेकिन ये बड़े घट पढ़ी चन, पहले तो पढ़ींदा ही नहीं, अगर किसे पढ़िया भी है ते बहुत काम बहुत घट। तो साहब तो फरमाए सुन, खुदा ने भेजे तिना मजसा का जोर लगे अगो बंदे रन बुजुर्ग पढ़ते आते शर्म तो दुल्हन झुकाई गर्दन, तमाम जलसा हम महवे हैरत आगे कोने को
ਦੂਜੀ ਤਰਫ ਨਿਵਾਵਾ ਤਵੱਜੋ ਦੂਜੀ ਤਰਫ ਨਿਵਾਵਾ ਮਵਾਲੀ ਕਰਬੋ ਬਲਾ ਤੂੰ ਦੇਖੋ ਸਿਮਰ ਸਕੀਲਾ ਲਾਏ ਕਿਵੇਂ ਤਮਾਮ ਆਲੇ ਆਬਾਦ ਜ਼ੇਵਰ ਤਮਾਮ ਆਲੇ ਆਬਾਦ ਜ਼ੇਵਰ ਕੀ ਬਾਤ ਹੈ ਤਮਾਮ ਆਲੇ ਕੀ ਬਾਤ ਹੈ ਮੈਂ ਬਿਸਮਿਲ੍ਲਾ ਕਰਾਂ ਜ਼ੇਵਰ ਮੈਂ ਸਦਕੇ ਹਾਂ ਦੀਆਂ ਦੇ ਪਰਦੇ ਨੂੰ ਬਿਸਮਿਲ੍ਲਾ ਕਰਾਂ ਜ਼ੇਵਰ ਤਮਾਮ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਦੀਆਂ ਦੇ ਪਰਦੇ ਦੂਜੀ ਤਰਫ ਨਿਵਾਵਾ ਮਵਾਲੀ ਕਰਬੋ ਬਲਾ ਤੂੰ ਦੇਖੋ ਸਿਮਰ ਸਕੀਨਾ ਲਾਏ ਕਿਵੇਂ ਤਮਾਮ ਆਲੇ ਆਬਾਦ ਜ਼ੇਵਰ ਤਮਾਮ ਆਲੇ ਆਬਾਦ ਜ਼ੇਵਰ ਤਮਾਮ ਆਲੇ ਆਬਾਦ ਜ਼ੇਵਰ ਤਮਾਮ ਬਹੁਤ ਸਾਰੀਆਂ ਮਿਸਾਲਾਂ ਬਹੁਤ ਬਹੁਤ ਬੜੇ ਨਾਮ ਔਰ ਮੌਲਾ ਦੇ ਮਦਾ ਖਾਨ ਜ਼ਾਕਿਰ ਬਣਨ ਇਹਨਾਂ ਵੈਣਾਂ ਤੇ ਉਹ ਇੱਕ ਬਜ਼ੁਰਗ ਦਾ ਵੈਣ ਤਾਰੀਖ ਵਿੱਚ ਪਹਿਲਾ ਕੈਦੀ ਏ ਜਿਸ ਭੇਣ ਦੀ ਮਈਅਤ ਤੇ ਖਲੋ ਕੇ ਵੈਣ ਕੀਤਾ ਏ ਕਫਨ ਜ਼ਰੂਰ ਪਵਾਣਾ ਹਾਂ ਫੁੱਫੀਆਂ ਦੇ ਕੋਲ ਰਿਦਾ ਨਹੀਂ ਉਹ ਕਿੱਥ ਸਿਮਰ ਤੋਲੇ ਦਫਨ ਕਰਾਂ ਮੈਂ ਕੂ ਲੱਭਦੀ ਕਬਰ ਦੀ